ਹੁਸ਼ਿਆਰਪੁਰ ਦੀ ਥਾਣਾ ਮਾਡਲਟਨ ਪੁਲਿਸ ਨੇ ਐਕਟਿਵਾ ਤੇ 42 ਲੱਖ ਰੁਪਏ ਦੀ ਬਲੈਕ ਮਨੀ ਲੈ ਕੇ ਜਾ ਰਹੇ ਇੱਕ ਮਹਿਲਾ ਤੇ ਵਿਅਕਤੀ ਨੂੰ ਕਾਬੂ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਪੁਲਿਸ ਵੱਲੋਂ ਕਾਬੂ ਕੀਤੀ ਗਈ ਮਹਿਲਾ ਦੀ ਪਹਿਚਾਣ ਰਜਨੀ ਪਤਨੀ ਸ਼ਮਿੰਦਰ ਅਤੇ ਸ਼ੰਕਰ ਮੈਣੀ ਵਾਸੀ ਹੁਸ਼ਿਆਰਪੁਰ ਵਜੋਂ ਹੋਈ ਹੈ। ਜਾਣਕਾਰੀ ਦਿੰਦਿਆਂ ਥਾਣਾ ਮਾਡਲਟਨ ਦੇ SHO ਕਰਨੈਲ ਸਿੰਘ ਨੇ ਦੱਸਿਆ ਕਿ ਉਹਨਾਂ ਵੱਲੋਂ ਪੁਲਿਸ ਪਾਰਟੀ ਸਮੇਤ ਇਲਾਕੇ 'ਚ ਗਸ਼ਤ ਕੀਤੀ ਜਾ ਰਹੀ ਸੀ ਅਤੇ ਇਸ ਦੌਰਾਨ ਜਦੋਂ ਸ਼ੱਕ ਦੇ ਆਧਾਰ 'ਤੇ ਐਕਟਿਵਾ ਸਵਾਰ ਇੱਕ ਮਹਿਲਾ ਅਤੇ ਵਿਅਕਤੀ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਉਹਨਾਂ ਵੱਲੋਂ ਐਕਟਿਵਾ ਅੱਗੇ ਰੱਖੇ ਬੈਗ 'ਚੋਂ 42 ਲੱਖ ਰੁਪਏ ਦੀ ਨਕਦੀ ਬਰਾਮਦ ਹੋਈ ਅਤੇ ਜਦੋਂ ਮੌਕੇ 'ਤੇ ਆ ਕੇ ਇਨਕਮ ਟੈਕਸ ਦੇ ਅਧਿਕਾਰੀਆਂ ਵੱਲੋਂ ਉਹਨਾਂ ਪਾਸੋਂ ਪੁੱਛਗਿੱਛ ਕੀਤੀ ਗਈ ਤਾਂ ਉਹ ਕੋਈ ਵੀ ਜਵਾਬ ਨਹੀਂ ਦੇ ਸਕੇ ਜਿਸ 'ਤੇ ਇਹ ਪੈਸੇ ਬਲੈਕ ਮਨੀ ਸਾਬਤ ਹੋਏ। ਉਹਨਾਂ ਦੱਸਿਆ ਕਿ ਸਾਰੇ ਹੀ ਨੋਟ 2-2 ਹਜ਼ਾਰ ਰੁਪਏ ਦੇ ਸੀ। SHO ਕਰਨੈਲ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਹੁਸ਼ਿਆਰਪੁਰ ਨਿਊਜ਼ ਦੇ ਨਾਲ ਚੇਤਨ ਕਸ਼ਪ ਦੀ ਰਿਪੋਰਟ। ਜੀ ਸਰ, ਅੱਜ ਇੱਕ ਲੇਡੀਜ਼ ਔਰ ਜੈਂਟਸ ਨੂੰ ਤੁਹਾਡੇ ਵੱਲੋਂ ਹਵਾਲੇ ਦੀ ਰਕਮ ਦੇ ਨਾਲ ਗ੍ਰਿਫਤਾਰ ਕੀਤਾ ਗਿਆ ਅਤੇ ਕਿੰਨੀ ਰਕਮ ਸੀਗੀ ਅਤੇ ਕੀ ਕੁਝ ਮੁੜਵੀਂ ਜਾਣਕਾਰੀ 'ਚ ਸਾਹਮਣੇ ਆਇਆ ਜੀ? ਜੀ, ਅੱਜ ਅਸੀਂ ਗਸ਼ਤ ਦੇ ਦੌਰਾਨ ਇੱਕ ਲੇਡੀਜ਼ ਔਰ ਇੱਕ ਜੈਂਟਸ ਜਿਹੜੇ ਆ ਐਕਟਿਵਾ ਸਕੂਟਰ ਦੇ ਉੱਤੇ ਸਵਾਰ ਹੋ ਕੇ ਜਾ ਰਹੇ ਸੀ ਅਤੇ ਥੋੜ੍ਹਾ ਜਿਹਾ ਸਾਨੂੰ ਉਹਨਾਂ 'ਤੇ ਡਾਊਟ ਹੋਇਆ ਕਿ ਕੋਈ ਨਾ ਕੋਈ ਇਹ ਨਾ ਕੁਛ ਓਬਜੈਕਸ਼ਨ ਵਾਲੀ ਚੀਜ਼ ਹੈਗੀ ਹੈ, ਜਿਸ 'ਤੇ ਅਸੀਂ ਉਹਨੂੰ ਰੋਕ ਕੇ ਚੈੱਕ ਕੀਤਾ ਅਤੇ ਉਹਨਾਂ ਦੇ ਅੱਗੇ ਸਕੂਟਰ ਦੇ ਉੱਪਰ ਰੱਖੇ ਹੋਏ ਬੈਗ ਦੇ ਵਿੱਚੋਂ ਜਿਹੜੀ ਹੈਗੀ ਆ ਨਕਦੀ ਬਰਾਮਦ ਹੋਈ ਜੋ ਕਰੀਬ 42 ਲੱਖ ਰੁਪਏ ਦੇ ਸੀਗੀ। ਅਸੀਂ ਉਹਨਾਂ ਨੂੰ ਉਹ ਨਕਦੀ ਰੱਖਣ ਬਾਰੇ ਉਹਦਾ ਕਾਰਨ ਪੁੱਛਿਆ ਕਿੱਥੋਂ ਆਈ ਆ, ਪਰ ਉਹਨਾਂ ਨੇ ਕੋਈ ਇਹਦਾ ਤਸੱਲੀਬਖਸ਼ ਜਵਾਬ ਨਹੀਂ ਦਿੱਤਾ, ਜਿਸ 'ਤੇ ਮਾਮਲਾ ਜਿਹੜਾ ਬਲੈਕ ਮਨੀ ਦਾ ਕਾਲਾ ਧੰਦਾ ਪਾਇਆ ਹੋਣ ਕਰਕੇ ਅਸੀਂ ਫਿਰ ਇਨਕਮ ਟੈਕਸ ਡਿਪਾਰਟਮੈਂਟ ਨੂੰ ਸੂਚਿਤ ਕੀਤਾ। ਇਨਕਮ ਟੈਕਸ ਡਿਪਾਰਟਮੈਂਟ ਵੱਲੋਂ ਜਿਹੜਾ ਉਹਨਾਂ ਦੇ ਟੀਮ ਨੇ ਆ ਕੇ ਉਹਨੂੰ ਚੈੱਕ ਕੀਤਾ, ਆਪਣੀ ਇਨਵੈਸਟੀਗੇਸ਼ਨ ਸ਼ੁਰੂ ਕਰ ਦਿੱਤੀ ਹੈ ਅਤੇ ਸਾਨੂੰ ਜਿਹੜਾ ਉਹਨਾਂ ਨੇ ਇਹਦਾ ਕੈਸ਼ ਜਿਹੜਾ ਆ ਆਪਣੇ ਕੋਲ ਇਹਨੂੰ ਬਤੌਰ ਰਾਹਦਾਰੀ ਰੱਖਣ ਦਾ ਆਦੇਸ਼ ਦੇ ਕੇ ਬਾਕੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜੋ ਜਾਂਚ ਦੌਰਾਨ ਸਾਹਮਣੇ ਆਊਗਾ ਉਹਦੇ ਮੁਤਾਬਕ ਇਹਦੀ ਫਿਲਹਾਲ ਅਜੀ ਕਾਰਵਾਈ ਕੀਤੀ। ਇਹ ਜਿਹੜਾ ਜੈਂਟਸ ਬੰਦਾ ਜੀ ਸ਼ੰਕਰ ਮੈਣੀ ਆ, ਸਾਨੂੰ ਹੋਮ ਪ੍ਰਕਾਸ਼ ਮੈਣੀ ਪੂਰਨ ਨਗਰ ਮਾਲਟੋਨ ਦਾ ਹੀ ਆ। ਦੂਸਰੀ ਜਿਹੜੀ ਇਹਦੇ ਨਾਲ ਸੀਗੀ ਲੇਡੀਜ਼ ਉਹ ਰਜਨੀ ਬਾਈ ਹੋ ਸ਼ਮਿੰਦਰ ਆ, ਰਾਜਾ ਗਾਰਡਨ ਦੀ ਹੈ। ਫਰਦਰ ਕਾਰਵਾਈ ਇਹੀ ਹੈ ਕਿ ਉਹ ਇਨਵੈਸਟੀਗੇਸ਼ਨ ਕਰਕੇ ਚਲੇ ਗਿਆ, ਬਾਕੀ ਇਹਨਾਂ ਨੂੰ ਅਸੀਂ ਜ਼ਮਾਨਤ 'ਤੇ ਛੱਡਾਂਗੇ ਅਤੇ ਜਦੋਂ ਵੀ ਇਹ ਲੋੜ ਪਏਗੀ ਤਾਂ ਫਿਰ ਦੁਬਾਰਾ ਇਹਨਾਂ ਨੂੰ ਰੀਕਾਲ ਕੀਤਾ ਜਾਏਗਾ। ਸਰ, ਕਰੰਸੀ ਦੀ ਗੱਲ ਕਰੀਏ ਤਾਂ RBI ਵੱਲੋਂ ਜਾਂ ਭਾਰਤ ਸਰਕਾਰ ਵੱਲੋਂ 2000 ਰੁਪਏ ਦੇ ਨੋਟਾਂ 'ਤੇ ਬੈਨ ਕਰ ਦਿੱਤਾ ਗਿਆ, ਉਹ ਵੀ ਜਮ੍ਹਾਂ ਕਰਾਉਣ ਦੇ ਆਦੇਸ਼ ਦਿੱਤੇ ਗਏ ਆ, ਅਤੇ ਜਿਹੜੀ ਕਰੰਸੀ ਬਰਾਮਦ ਹੋਈ ਹੈ ਕਿ 2000 ਦੀ ਸੀਗੀ ਜਾਂ ਵੱਖ ਵੱਖ? ਇਹ ਸਾਰੇ 2-2 ਹਜ਼ਾਰ ਦੇ ਨੋਟ ਸੀ। ਵੀ ਆਰ ਅ ਮਲਟੀਕਲਚਰਲ ਨੈਟਵਰਕ ਕਮਿਊਨਿਟੀ, ਵੀ ਗਰੂਮ ਕੰਪੀਟੈਂਟ ਗਲੋਬਲ ਸਿਟੀਜ਼ਨਸ ਟੂ ਅਫੈਕਟ ਪੋਜ਼ਿਟਿਵ ਚੇਂਜ ਅਰਾਊਂਡ ਦੇਮ। ਹੁਸ਼ਿਆਰਪੁਰ ਦੀ ਥਾਣਾ ਮਾਡਲਟਨ ਪੁਲਿਸ ਨੇ ਐਕਟਿਵਾ ਤੇ 42 ਲੱਖ ਰੁਪਏ ਦੀ ਬਲੈਕ ਮਨੀ ਲੈ ਕੇ ਜਾ ਰਹੇ ਇੱਕ ਮਹਿਲਾ ਅਤੇ ਵਿਅਕਤੀ ਨੂੰ ਕਾਬੂ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਪੁਲਿਸ ਵੱਲੋਂ ਕਾਬੂ ਕੀਤੀ ਗਈ ਮਹਿਲਾ ਦੀ ਪਹਿਚਾਣ ਰਜਨੀ ਪਤਨੀ ਸ਼ਮਿੰਦਰ ਅਤੇ ਸ਼ੰਕਰ ਮੈਣੀ ਵਾਸੀ ਹੁਸ਼ਿਆਰਪੁਰ ਵਜੋਂ ਹੋਈ ਹੈ। ਜਾਣਕਾਰੀ ਦਿੰਦਿਆਂ ਥਾਣਾ ਮਾਡਲਟਾਊਨ ਦੇ SHO ਕਰਨੈਲ ਸਿੰਘ ਨੇ ਦੱਸਿਆ ਕਿ ਉਹਨਾਂ ਵੱਲੋਂ ਪੁਲਿਸ ਪਾਰਟੀ ਸਮੇਤ ਇਲਾਕੇ 'ਚ ਗਸ਼ਤ ਕੀਤੀ ਜਾ ਰਹੀ ਸੀ ਅਤੇ ਇਸ ਦੌਰਾਨ ਜਦੋਂ ਸ਼ੱਕ ਦੇ ਆਧਾਰ 'ਤੇ ਐਕਟਿਵਾ ਸਵਾਰ ਇੱਕ ਮਹਿਲਾ ਅਤੇ ਵਿਅਕਤੀ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਉਹਨਾਂ ਵੱਲੋਂ ਐਕਟਿਵਾ ਅੱਗੇ ਰੱਖੇ ਬੈਗ 'ਚੋਂ 42 ਲੱਖ ਰੁਪਏ ਦੀ ਨਕਦੀ ਬਰਾਮਦ ਹੋਈ ਅਤੇ ਜਦੋਂ ਮੌਕੇ 'ਤੇ ਆ ਕੇ ਇਨਕਮ ਟੈਕਸ ਦੇ ਅਧਿਕਾਰੀਆਂ ਵੱਲੋਂ ਉਹਨਾਂ ਪਾਸੋਂ ਪੁੱਛਗਿੱਛ ਕੀਤੀ ਗਈ ਤਾਂ ਉਹ ਕੋਈ ਵੀ ਜਵਾਬ ਨਹੀਂ ਦੇ ਸਕੇ ਜਿਸ 'ਤੇ ਇਹ ਪੈਸੇ ਬਲੈਕ ਮਨੀ ਸਾਬਤ ਹੋਏ। ਉਹਨਾਂ ਦੱਸਿਆ ਕਿ ਸਾਰੇ ਹੀ ਨੋਟ 2-2 ਹਜ਼ਾਰ ਰੁਪਏ ਦੇ ਸੀ। SHO ਕਰਨੈਲ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਹੁਸ਼ਿਆਰਪੁਰ ਨਿਊਜ਼ ਦੇ ਨਾਲ ਚੇਤਨ ਕਸ਼ਪ ਦੀ ਰਿਪੋਰਟ। ਜੀ ਸਰ, ਅੱਜ ਇੱਕ ਲੇਡੀਜ਼ ਔਰ ਜੈਂਟਸ ਨੂੰ ਤੁਹਾਡੇ ਵੱਲੋਂ ਹਵਾਲੇ ਦੀ ਰਕਮ ਦੇ ਨਾਲ ਗ੍ਰਿਫਤਾਰ ਕੀਤਾ ਗਿਆ ਅਤੇ ਕਿੰਨੀ ਰਕਮ ਸੀਗੀ ਅਤੇ ਕੀ ਕੁਝ ਮੁੜਵੀਂ ਜਾਣਕਾਰੀ 'ਚ ਸਾਹਮਣੇ ਆਇਆ ਜੀ? ਜੀ, ਅੱਜ ਅਸੀਂ ਗਸ਼ਤ ਦੇ ਦੌਰਾਨ ਇੱਕ ਲੇਡੀਜ਼ ਔਰ ਇੱਕ ਜੈਂਟਸ ਜਿਹੜੇ ਆ ਐਕਟਿਵਾ ਸਕੂਟਰ ਦੇ ਉੱਤੇ ਸਵਾਰ ਹੋ ਕੇ ਜਾ ਰਹੇ ਸੀ ਅਤੇ ਥੋੜ੍ਹਾ ਜਿਹਾ ਸਾਨੂੰ ਉਹਨਾਂ 'ਤੇ ਡਾਊਟ ਹੋਇਆ ਕਿ ਕੋਈ ਨਾ ਕੋਈ ਇਹ ਨਾ ਕੁਛ ਓਬਜੈਕਸ਼ਨ ਵਾਲੀ ਚੀਜ਼ ਹੈਗੀ ਹੈ, ਜਿਸ 'ਤੇ ਅਸੀਂ ਉਹਨੂੰ ਰੋਕ ਕੇ ਚੈੱਕ ਕੀਤਾ ਅਤੇ ਉਹਨਾਂ ਦੇ ਅੱਗੇ ਸਕੂਟਰ ਦੇ ਉੱਪਰ ਰੱਖੇ ਹੋਏ ਬੈਗ ਦੇ ਵਿੱਚੋਂ ਜਿਹੜੀ ਹੈਗੀ ਆ ਨਕਦੀ ਬਰਾਮਦ ਹੋਈ ਜੋ ਕਰੀਬ 42 ਲੱਖ ਰੁਪਏ ਦੇ ਸੀਗੀ। ਅਸੀਂ ਉਹਨਾਂ ਨੂੰ ਉਹ ਨਕਦੀ ਰੱਖਣ ਬਾਰੇ ਉਹਦਾ ਕਾਰਨ ਪੁੱਛਿਆ ਕਿੱਥੋਂ ਆਈ ਆ, ਪਰ ਉਹਨਾਂ ਨੇ ਕੋਈ ਇਹਦਾ ਤਸੱਲੀਬਖਸ਼ ਜਵਾਬ ਨਹੀਂ ਦਿੱਤਾ, ਜਿਸ 'ਤੇ ਮਾਮਲਾ ਜਿਹੜਾ ਬਲੈਕ ਮਨੀ ਦਾ ਕਾਲਾ ਧੰਦਾ ਪਾਇਆ ਹੋਣ ਕਰਕੇ ਅਸੀਂ ਫਿਰ ਇਨਕਮ ਟੈਕਸ ਡਿਪਾਰਟਮੈਂਟ ਨੂੰ ਸੂਚਿਤ ਕੀਤਾ। ਇਨਕਮ ਟੈਕਸ ਡਿਪਾਰਟਮੈਂਟ ਵੱਲੋਂ ਜਿਹੜਾ ਉਹਨਾਂ ਦੇ ਟੀਮ ਨੇ ਆ ਕੇ ਉਹਨੂੰ ਚੈੱਕ ਕੀਤਾ, ਆਪਣੀ ਇਨਵੈਸਟੀਗੇਸ਼ਨ ਸ਼ੁਰੂ ਕਰ ਦਿੱਤੀ ਹੈ ਅਤੇ ਸਾਨੂੰ ਜਿਹੜਾ ਉਹਨਾਂ ਨੇ ਇਹਦਾ ਕੈਸ਼ ਜਿਹੜਾ ਆ ਆਪਣੇ ਕੋਲ ਇਹਨੂੰ ਬਤੌਰ ਰਾਹਦਾਰੀ ਰੱਖਣ ਦਾ ਆਦੇਸ਼ ਦੇ ਕੇ ਬਾਕੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜੋ ਜਾਂਚ ਦੌਰਾਨ ਸਾਹਮਣੇ ਆਊਗਾ ਉਹਦੇ ਮੁਤਾਬਕ ਇਹਦੀ ਫਿਲਹਾਲ ਅਜੀ ਕਾਰਵਾਈ ਕੀਤੀ ਜਾਏ।
ਜਿਹੜਾ ਜੈਂਟਸ ਬੰਦਾ ਜੀ ਸ਼ੰਕਰ ਮੈਣੀ ਆ ਸਾਨੂੰ ਹੋਮ ਪ੍ਰਕਾਸ਼ ਮੈਣੀ ਪੂਰਨ ਨਗਰ ਮਾਡਲ ਟਾਊਨ ਦਾ ਹੀ ਆ। ਦੂਸਰੀ ਜਿਹੜੀ ਇਹਦੇ ਨਾਲ ਸੀਗੀ ਲੇਡੀਜ਼ ਉਹ ਰਜਨੀ ਬਾਈ ਹੋ ਸ਼ਮਿੰਦਰ ਆ ਰਾਜਾ ਗਾਰਡਨ ਦੀ ਹੈ। ਫਰਦਰ ਕਾਰਵਾਈ ਇਹੀ ਹੈ ਕਿ ਉਹ ਇਨਵੈਸਟੀਗੇਸ਼ਨ ਕਰਕੇ ਚਲੇ ਗਿਆ, ਬਾਕੀ ਇਹਨਾਂ ਨੂੰ ਅਸੀਂ ਜ਼ਮਾਨਤ 'ਤੇ ਛੱਡਾਂਗੇ ਅਤੇ ਜਦੋਂ ਵੀ ਇਹ ਲੋੜ ਪਏਗੀ ਤਾਂ ਫਿਰ ਦੁਬਾਰਾ ਇਹਨਾਂ ਨੂੰ ਰੀਕਾਲ ਕੀਤਾ ਜਾਏਗਾ। ਸਰ ਕਰੰਸੀ ਦੀ ਗੱਲ ਕਰੀਏ ਤਾਂ RBI ਵੱਲੋਂ ਜਾਂ ਭਾਰਤ ਸਰਕਾਰ ਵੱਲੋਂ 2000 ਰੁਪਏ ਦੇ ਨੋਟਾਂ 'ਤੇ ਬੈਨ ਕਰ ਦਿੱਤਾ ਗਿਆ, ਉਹ ਵੀ ਜਮ੍ਹਾਂ ਕਰਾਉਣ ਦੇ ਆਦੇਸ਼ ਦਿੱਤੇ ਗਏ ਆ, ਅਤੇ ਜਿਹੜੀ ਕਰੰਸੀ ਬਰਾਮਦ ਹੋਈ ਹੈ ਕਿ 2000 ਦੀ ਸੀਗੀ ਜਾਂ ਵੱਖ ਵੱਖ? ਇਹ ਸਾਰੇ 2000 ਦੇ ਨੋਟ ਸੀ। We are a multicultural network community. We groom competent global citizens to effect positive change around them.